ਇੰਡਸਟਰੀ ਦੀ ਸਭ ਤੋਂ ਤੇਜ਼ ਖਬਰਾਂ ਦੇਖਣ ਵਾਸਤੇ ਸਾਡਾ ਦੇਸੀ ਤੜਕਾ ਦੇਸੀ ਤੜਕਾ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਦੇ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਣਾ। ਸਾਡੇ ਨਾਲ ਸਨੈਪਚੈਟ ਤੇ ਕੰਟੈਕਟ ਕਰਨ ਵਾਸਤੇ ਫੋਲੋ ਕਰ ਸਕਦੇ ਹੋ ਦੇਸੀ ਤੜਕਾ ਲਾਈਵ ਦੇਸੀ ਤੜਕਾ ਲਾਈਵ। ਗੱਲ ਸੁਣ ਲਓ ਪਹਿਲਾਂ ਦਾ ਚੈਨਲ ਵਾਲੇ ਆ, ਬੇਕਾਰ ਹਰਕਤਾਂ ਨਾ ਕਰਿਆ ਕਰੋ। ਜੇ ਵੀਡੀਓ ਕਿੱਡੀ ਕੁ ਗੱਲ ਹੋ ਗਈ, ਕਿਸੇ ਦੀ ਗਰਲਫ੍ਰੈਂਡ ਨਹੀਂ ਹੋ ਸਕਦੀ, ਕਿਸੇ ਦਾ ਕੋਈ ਕੋਈ ਗੇਮ ਵੀ ਖੇਡ ਸਕਦਾ, ਕੁਛ ਵੀ ਕਰ ਸਕਦਾ। ਤੁਸੀਂ ਉਹ ਗੁਰਜਾਣੇ ਦੇ ਮਗਰ ਲੱਗੇ ਹੋਏ ਆ। ਇੱਕ ਉਹ ਦੂਜਾ ਲੜੂ, ਉਹ ਜਗਦੀਪ ਰੰਧਾਵਾ, ਉਹ ਕਦੇ ਕੌਲਿੰਗ ਕਰਕੇ ਗਲਤ ਬੋਲਦਾ, ਉਹਨੂੰ ਪੁੱਛੋ ਜੂਤ ਬਹੁਤ ਘੁੰਮਣਾ ਉਹਦੇ ਪਰ, ਘਰ ਵੜਨਾ ਔਖਾ ਹੋ ਜਾਊਗਾ। ਗੈਰੀ ਸਾਡਾ ਯਾਰ ਆ, ਅਸੀਂ ਗੈਰੀ ਦੇ ਨਾਲ ਖੜੇ ਹਾਂ ਯਾਰ। ਕੁਛ ਵੀ ਮੈਨੂੰ ਕੋਈ ਗੱਲ ਦਾ ਜਵਾਬ ਦਿਓ। ਕਿਆ ਹੋਟਲਾਂ ਦੇ ਕਮਰਿਆਂ 'ਚ ਕੁਛ ਹੁੰਦਾ ਨਹੀਂ, ਜਾ ਕੇ ਕਮਰੇ ਢਾ ਦਿਓ ਜਾ ਕੇ। ਫਿਰ ਕੀ ਹੋ ਗਿਆ ਯਾਰ, ਅਗਲਾ 21ਵੀਂ ਸਦੀ ਆ, ਕੁਛ ਵੀ ਕਰ ਸਕਦਾ। ਨਾਲੇ ਉਹ ਗੁਰਜੰਟ ਵਰਗੇ ਲੜੂ ਦੇ ਮਗਰ ਨਾ ਲੱਗੋ। ਐਡਾ ਜੇ ਐਡਾ ਉਹਨੂੰ ਮਾਣ ਆ ਨਾ ਗੁਰਜੰਟ ਨੂੰ, ਐਡਾ ਕਹਿੰਦਾ ਮੈਂ ਗੈਰੀ ਸੰਧੂ ਨੂੰ ਸੋਧਣਾ, ਗੈਰੀ ਨਾਲ ਘੁਲ ਕੇ ਹੀ ਦੇਖ ਲਵੇ। ਮੈਂ ਚੈਲੇਂਜ ਕਰਨਾ, ਮੈਂ ਬੁਲਾਊਂਗਾ ਗੈਰੀ ਸੰਧੂ ਨੂੰ, ਘੁਲ ਕੇ ਹੀ ਦੇਖ ਲਏ, ਦੋਹੇ ਜਣੇ ਘੁਲ ਲੈਣ, ਫਿਰ ਪਤਾ ਲੱਗ ਜੂਗਾ ਦੋਹਾਂ ਨੂੰ ਵੀ ਕਿੰਨੀ ਕੁ ਜਾਨ ਹੈ। ਉਹ ਬਕਵਾਸ ਕਰੀ ਜਾਂਦਾ। ਨਾਲੇ ਆਪਾਂ ਗੈਰੀ ਦੇ ਨਾਲ ਖੜੇ ਹਾਂ, ਕਿਸੇ ਵਧੀਆ ਬੰਦੇ ਨੇ ਵੀਡੀਓ ਸ਼ੇਅਰ ਨਹੀਂ ਕੀਤੀ। ਗਲਤੀ ਹਰੇਕ ਇਨਸਾਨ ਤੋਂ ਹੋ ਜਾਂਦੀ ਹੁੰਦੀ ਹੈ, ਠੀਕ ਹੈ, ਪਰ ਜੇ ਹੋਊਗੀ ਤਾਂ ਸਾਡਾ ਯਾਰ ਆ, ਅਸੀਂ ਯਾਰਾਂ ਦੇ ਯਾਰ ਆ, ਯਾਰਾਂ ਦੇ ਨਾਲ ਹੀ ਰਹਿਣਾ। ਨਾਲੇ ਉਹ ਜਗਦੀਪ ਰੰਧਾਵੇ ਜਿਹਾ, ਅੱਜ ਤੋਂ ਬਾਅਦ ਤੇਰੀ ਕੋਈ ਕਾਲ ਰਿਕਾਰਡਿੰਗ ਜਾਂ ਕੋਈ ਹੋਰ ਸੁਣਦੀ ਨਾ, ਜੂਤ ਘਰ ਆ ਕੇ ਫੇਰੂਗਾ, ਤੈਨੂੰ ਚੈਲੇਂਜ ਕਰਨਾ ਇਹ ਮੈਂ, ਠੀਕ ਹੈ। ਬੰਦਿਆਂ ਵਾਂਗੂ ਜਿੰਨੇ ਯੋਗਾ ਹੈਗਾ ਉਨੇ ਚ ਰਹਿ, ਠੀਕ ਹੈ, ਔਕਾਤ ਨਹੀਂ ਹੈਗੀ ਤੇਰੀ ਗੈਰੀ ਨੂੰ ਬੋਲਣ ਦੀ। ਪਰ ਹੁਣ ਤੂੰ ਬੋਲ ਕੇ ਦਿਖਾਈ, ਤੈਨੂੰ ਮੈਂ ਦੱਸੂਗਾ ਮੈਂ ਕੌਣ।